जी मेरा नाम राजपाल ते मेरा बड़ा भरा कबीर आ ते मेरा ओ तो बड़ा भरा हैगा राम। किन्ने चिर तो ही काम कर रहे हैं? सानू हो गए 7 साल हो गए। वैसे साडा खानदानी काम आई है। रिहाइश कित्थे तुहाडी? भाई भगत जी श्री मुक्तसर साहब पहुंचे सी अज, की वजह सी आउण दी? इत्थे ही प्रोग्राम जी साडा। किस तरह दा प्रोग्राम? इत्थे सानू जिवें आईलेट्स ओपनिंग हुई सीगी उन्होंने सानू बस स्टेज 'च मान के खड़ाया सीगा तड़के 8 बजे तो लेके शाम नू 5 बजे तक। इन्ना चिर एक जगह खड़े रहन नाल कोई परेशानी आउंदी है? परेशानी तो आती है जी पर साड़ी वो कीती हुई प्रैक्टिस कीती हुई जी। चेहरे ते की लग्या तुहाडे? आ मेकअप लाया हुआ जी चाम चमक। वीर जी इन्ना मेकअप इन्ना रंग चमड़ी ते कोई माड़ा असर नहीं पाउंदा? ये इन्फेक्शन तो होंदी है जी माड़ा पाउंदा है पर जो आप भुखे मर गए फिर ढिड बंदा चेहरा खराब हो गया तो जी सकता जो भुखे दे आंतड़ा मर गया फिर किवें जी सकता बंदा। पढ़े लिखे किन्ने हो? पढ़िया लिखे जी मैं 6-7 पढ़िया जी। ਘਰ ਦਾ ਗੁਜ਼ਾਰਾ ਇਸ ਕੰਮ ਤੋਂ ਬਿਨਾਂ ਹੋਰ ਕਿਸ ਸਾਧਨ ਨਾਲ ਚਲਾਇਆ ਜਾ ਸਕਦਾ? ਹੋਰ ਜੀ ਅਸੀਂ ਵੈਸੇ ਜਦੋਂ ਸਾਨੂੰ ਕੋਈ ਰੋਕ ਟੋਕ ਤੇ ਅਸੀਂ ਕੰਮ ਕੁੰਮ ਵੀ ਕਰ ਲੈਂਦੇ ਪਰ ਸਾਡਾ ਖਾਨਦਾਨੀ ਕੰਮ ਹੀ ਆ। ਅੱਗੇ ਕੀ ਸੋਚੋ ਸੋਚਦੇ ਹੋ ਵੀ ਬੱਚੇ ਤੁਹਾਡੇ ਇਸ ਕੰਮ ਨਾਲ ਜੁੜਨ ਚੱਲੇ ਅੱਗੇ ਕੀਤਾ ਇਹ? ਨਹੀਂ ਜੀ ਅਸੀਂ ਇਹ ਸੋਚਦੇ ਹਾਂ ਵੀ ਜਿਹੜੇ ਸਾਡੇ ਬੱਚੇ ਹੋਣਗੇ ਉਹ ਪੜ੍ਹ ਲਿਖ ਕੇ ਕੋਈ ਵਧੀਆ ਨਿਸ਼ਾਨ ਬਣਨ ਅਤੇ ਸਾਡੇ ਵਾਂਗੂ ਇਵੇਂ ਗਲੀਆਂ 'ਚ ਕਿਤੇ ਗੇਟ ਮੂਹਰੇ ਕਿੱਥੇ ਜਾ ਕੇ ਖੜਨ। ਸਰਕਾਰ ਨੂੰ ਕੀ ਕਹਿਣਾ ਚਾਹੋਗੇ? ਸਰਕਾਰ ਅੱਗੇ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਬਈ ਸਾਨੂੰ ਵਧੀਆ ਬਈ ਘਰ ਘੁਰ ਬਣਾ ਕੇ ਦੇਵੇ ਵਧੀਆ ਸਾਡੀ ਮੂਹਰੇ ਲੈ ਕੇ ਆਵੇ ਸਾਨੂੰ ਅਤੇ ਸਾਨੂੰ ਰੋਕ ਟੋਕ ਨਾ ਹੋਵੇ ਅਸੀਂ ਐਂਟਰਟੇਨਮੈਂਟ ਕਰਨਾ ਚਾਹੁੰਦੇ ਹਾਂ ਲੋਕਾਂ ਨੂੰ। ਸਤਿ ਸ਼੍ਰੀ ਅਕਾਲ ਜੀ ਮੈਂ ਪਿੰਡ ਭਗਤ ਭਾਈ ਕਾ ਰਹਿਣ ਦਾ ਰਹਿਣ ਵਾਲਾ ਜੀ ਅਤੇ ਜ਼ਿਲ੍ਹਾ ਬਠਿੰਡਾ ਜੀ। ਮੇਰਾ ਨਾਮ ਕਬੀਰ ਰਾਮ ਆ ਜੀ ਡੈਡੀ ਦਾ ਨਾਮ ਨਗੋਰੀ ਰਾਮ ਆ ਜੀ ਅਤੇ ਦੋ ਸਟੈਚੂ ਬਣੇ ਉਹ ਮੇਰੇ ਭਰਾ ਨੇ ਅਤੇ ਅਸੀਂ ਸਾਡਾ ਪੂਰਾ ਖਾਨਦਾਨੀ ਕੰਮ ਆ ਜੀ ਆਹ ਅਤੇ ਅਸੀਂ ਸਾਡੇ ਬਾਪ ਦਾਦੇ ਪੜਦਾਦੇ ਆਹੀ ਕੰਮ ਕਰਦੇ ਆਏ ਆ। ਜਿਹੜਾ ਉਹ ਤੁਸੀਂ ਕਹਿ ਰਹੇ ਹੋ ਕਲਰ ਲਾਇਆ ਮੂੰਹ 'ਤੇ ਉਹ ਅਸੀਂ ਵਧੀਆ ਵਾਲਾ ਲਾਇਆ ਇੱਕ ਇਹਦੇ ਨਾਲ ਦਾ ਮਿਲਦਾ 20 ਰੁਪਏ ਤੋਲੇ ਵਾਲਾ ਪਰ ਮੈਂ ਉਹ ਯੂਜ਼ ਨਹੀਂ ਕਰਦਾ ਮੈਂ ਖੁਦ ਆਪ ਕਰਦਾ ਹੁੰਦਾ ਅਤੇ ਆਹ ਮਿਲਦਾ 80 ਰੁਪਏ ਤੋਲੇ ਕਲਰ ਉਹ ਯੂਜ਼ ਕਰਦਾ ਮੈਂ ਕੋਈ ਇਨਫੈਕਸ਼ਨ ਹੁੰਦੀ ਨਹੀਂ ਅਤੇ ਇਹਦੇ ਕਰਕੇ ਸਾਡਾ ਗੁਜ਼ਾਰਾ ਵਧੀਆ ਚੱਲ ਰਿਹਾ। ਜੇ ਮੰਨ ਲਓ ਚਮੜੀ 'ਤੇ ਇੰਨਾ ਰੰਗ ਲੱਗਣਾ ਕੈਮੀਕਲ ਆ ਕਿਤੇ ਨੁਕਸਾਨ ਹੋ ਜਾਂਦਾ ਇਹਦਾ ਡਰ ਨਹੀਂ ਲੱਗਦਾ? ਨਹੀਂ ਡਾਕਟਰ ਤੋਂ ਸਲਾਹ ਲੈ ਕੇ ਫਿਰ ਅਸੀਂ ਆਹ ਕਦਮ ਉਠਾਇਆ ਜੀ। ਢਿੱਡ ਦੇ ਲਈ ਸਭ ਕੁਝ ਕਰਨਾ ਪੈਂਦਾ ਅਗਰ ਢਿੱਡ ਭੁੱਖਾ ਰਹਿ ਗਿਆ ਤਾਂ ਅਸੀਂ ਮਰ ਜਾਵਾਂਗੇ ਮੂੰਹ ਨੂੰ ਕੀ ਆ ਮੂੰਹ ਤਾਂ ਫਿਰ ਵੀ ਸਹੀ ਹੋਜੂਗਾ ਅਗਰ ਢਿੱਡੀ ਨਹੀਂ ਤਾਂ ਅਸੀਂ ਵੀ ਨਹੀਂ ਰਹਿਣਾ। ਬੱਚਿਆਂ ਲਈ ਵੀ ਇਹੀ ਸੋਚਿਆ ਵੀ? ਨਹੀਂ ਬੱਚਿਆਂ ਲਈ ਅਸੀਂ ਬਹੁਤ ਕੁਛ ਸੋਚ ਰਹੇ ਹਾਂ ਮੈਂ ਕਿਹਾ ਪੜ੍ਹ ਲਿਖ ਕੇ ਕੋਈ ਵਧੀਆ ਬਾਬੂ ਬਣ ਜਾਣ ਅਤੇ ਕੋਈ ਵਧੀਆ ਨੌਕਰੀ ਲੱਗ ਜਾਣ ਅਤੇ ਸਾਡਾ ਗੁਜ਼ਾਰਾ ਵਧੀਆ ਹੋ ਜੇ। 3 ਜਣੇ ਹੋ ਮਹੀਨੇ 'ਚ ਕਿੰਨੇ ਕੁ ਪੈਸੇ ਕਮਾ ਲੈਂਦੇ? 2-3 ਹਜ਼ਾਰ ਰੁਪਇਆ 3 ਹਜ਼ਾਰ ਰੁਪਇਆ ਬਣਾ ਲੈ ਮਹੀਨੇ ਦੇ ਸਰ ਮਹੀਨੇ ਦੇ ਬਣ ਜਾਂਦੇ ਜੀ 15-16 ਹਜ਼ਾਰ ਰੁਪਇਆ ਸਾਡਾ ਗੁਜ਼ਾਰਾ ਵਧੀਆ ਹੋ ਜਾਂਦਾ ਜੀ। ਹੋਰ ਕੀ ਸਾਧਨ ਹੈ ਕਮਾਈ ਦਾ ਘਰ ਚਲਾਉਣ ਦਾ ਢਿੱਡ ਭਰਨ ਦਾ? ਆਹੀ ਸਾਧਨ ਹੈ ਜੀ ਸਾਡਾ ਖਾਨਦਾਨੀ ਕੰਮ ਆ ਜੀ ਬਹਿਰੂ ਪੀਏ ਕਲਾਕਾਰ ਆਮ ਤੁਸੀਂ ਦੇਖੇ ਹੋਣਗੇ ਇੱਥੇ ਜਿਵੇਂ ਪਿੰਡਾਂ 'ਚ ਕਹੀ ਵਾਲਾ ਰੋਲ ਕਰਕੇ ਕਦੇ ਕੁਛ ਲੈਲਾ ਮਜਨੂੰ ਬਣ ਕੇ ਕਦੇ ਹੀਰ ਰਾਂਝਾ ਬਣ ਕੇ ਕਦੇ ਯਾਕੂ ਬਣ ਕੇ ਕਦੇ ਜਿੰਦ ਬਣ ਕੇ ਕਦੇ ਕੁਛ ਬਣ ਕੇ ਅਸੀਂ ਬਹੁਤ ਆਰਟਿਸਟ ਕਲਾਕਾਰ ਦਿਖਾਉਂਦੇ ਰਹੇ ਹਾਂ ਅਤੇ ਆਹ ਨਵਾਂ ਤੁਸੀਂ ਬਾਹਰਲੇ ਮੁਲਕ ਹੀ ਦੇਖਿਆ ਹੋਊਗਾ ਆਹ ਚੀਜ਼ ਜਿਵੇਂ ਸਟੈਚੂ ਬਾਹਰਲੇ ਮੁਲਕ ਖੜ੍ਹੇ ਹੁੰਦੇ ਆ। ਅੱਜ ਮੈਂ ਸੋਚਿਆ ਮੈਂ ਕੁਛ ਨਵਾਂ ਕਰੀਏ ਪੰਜਾਬ 'ਚ ਲੋਕਾਂ ਦਾ ਸਾਥ ਕਿਹੋ ਜਿਹਾ ਮਿਲਦਾ? ਲੋਕ ਸਾਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਨੇ ਸੈਲਫੀਆਂ ਲੈਂਦੇ ਨੇ ਸਾਨੂੰ ਹੌਸਲਾਬੰਦੀ ਬਹੁਤ ਹੁੰਦੀ ਨੇ ਉਹ ਫੋਟੋਆਂ ਖਿੱਚ ਕੇ ਸਾਨੂੰ ਪੈਸੇ ਦਿੰਦੇ ਨੇ ਸਾਨੂੰ ਬਹੁਤ ਵਧੀਆ ਲੱਗਦਾ। ਸਮਾਜ ਨੂੰ ਤੇ ਸਰਕਾਰ ਨੂੰ ਕੀ ਅਪੀਲ ਕਰਨੀ ਚਾਹੋਗੇ? ਅਸੀਂ ਸਰਕਾਰ ਨੂੰ ਤਾਂ ਅਪੀਲ ਕਰਨਾ ਚਾਹੁੰਦੇ ਹਾਂ ਕਿਉਂਕਿ ਉਹ ਫਿਲਮ ਇੰਡਸਟਰੀ ਆ ਉਹਨਾਂ ਨੂੰ ਤਾਂ ਤੁਸੀਂ ਮੂਹਰੇ ਕਰ ਰੱਖਿਆ ਸਾਡੇ ਵਰਗੇ ਗਰੀਬਾਂ ਕੋਲੇ ਧਿਆਨ ਨਹੀਂ ਗਰੀਬ ਕੋਲ ਵੀ ਧਿਆਨ ਦਿਓ ਮਾੜਾ ਜਿਹਾ ਸਾਨੂੰ ਵੀ ਮੂਹਰੇ ਲੈ ਕੇ ਆਓ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਅਸੀਂ। ਸਮਾਜ ਤੁਹਾਡੇ ਪ੍ਰਤੀ ਕਿਹੋ ਜਿਹਾ ਨਜ਼ਰੀਆ ਰੱਖੇ ਕੀ ਚਾਹੁੰਦੇ ਹੋ ਲੋਕਾਂ ਤੋਂ? ਸਰਕਾਰ ਸਮਾਜ ਕੁਛ ਵੀ ਨਹੀਂ ਕਹਿੰਦਾ ਸਾਨੂੰ ਸਮਾਜ ਕਹਿੰਦਾ ਕੰਮ ਕਰ ਰਹੇ ਹੋ ਵਧੀਆ ਕਰ ਰਹੇ ਹੋ ਅਤੇ ਸਾਨੂੰ ਵਧੀਆ ਲੱਗ ਰਿਹਾ ਸਮਾਜ ਕੋਈ ਇੱਦਾਂ ਦੇ ਕੋਈ ਮਹਿਣੇ ਕੋਈ ਕੁਛ ਵੀ ਨਹੀਂ ਕਹਿ ਰਿਹਾ ਸਾਨੂੰ ਵਧੀਆ ਲੱਗ ਰਿਹਾ ਬਹੁਤ ਵਧੀਆ ਰਿਸਪੋਂਸ ਆ ਸਰਕਾਰ ਵੱਲੋਂ ਅਤੇ ਸਮਾਜ ਵੱਲੋਂ।